ਗੱਲ ਹੈਗੀ ਜੀ ਕਿ ਉਹ ਕੋਈ ਮੁਸਲਿਮ ਲੀਗ ਨਾਲ ਸੰਬੰਧ ਨਹੀਂ ਸੀ ਰੱਖਦਾ, ਉਹਨਾਂ ਦਾ ਸੰਬੰਧ ਵੀ ਪੰਥ ਨਾਲ ਹੈ। ਪਰ ਹਰਦੀਪ ਸਿੰਘ ਇਹ ਬਹੁਤ ਸੁਲਝਿਆ ਹੋਇਆ ਔਰ ਮੈਂ ਬਹੁਤ ਪੁਰਾਣਾ ਜਾਣਦਾ, ਇਹ ਪ੍ਰਬੰਧ ਕਰਨ ਦੇ ਕਾਬਲ ਵੀ ਹੈ ਅਤੇ ਇਹਨੂੰ ਸੰਗਤ ਨੇ ਜਿਹੜਾ ਨਵਾਜਿਆ, ਮੈਂ ਸਮੁੱਚੀ ਇਲਾਕੇ ਦੀ ਸੰਗਤ ਦਾ ਧੰਨਵਾਦੀ ਹਾਂ ਅਤੇ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਕਰਦਾ। ਇਸ ਵਾਸਤੇ ਇਹ ਪੰਥ ਦੀ ਜਿੱਤ ਹੈਗੀ, ਇਲੈਕਸ਼ਨ ਹੋਣੀ, ਪ੍ਰਬੰਧ ਖੁਸ਼ਨਸੀਬੀ ਨਾਲ ਇੱਕ ਦੂਸਰੇ ਨੂੰ ਦੇਣਾ, ਇਹ ਪੰਥ ਦੀ ਜਿੱਤ। ਅਸੀਂ ਚਾਹੁੰਦੇ ਵੀ ਸਿੱਖੀ ਦਾ ਪ੍ਰਚਾਰ ਕਿੰਨੇ ਜ਼ੋਰਾਂ 'ਤੇ ਹੋਰ ਤੇਜ਼ ਹੋਏਗਾ ਜਿਹੜਾ ਤੁਸੀਂ ਪ੍ਰਚਾਰ ਕਰਦਾ? ਅੱਜ ਦਾ ਪ੍ਰਚਾਰ ਜਿਹੜਾ ਹੈਗਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਦਿੱਲੀ ਕਮੇਟੀ ਪੂਰਾ ਸਹਿਯੋਗ ਦੇਵਣ। ਭਾਈ ਸਾਹਿਬ ਨੇ ਧਰਤੀ 'ਤੇ ਬੜੇ ਰਾਮਾਂ ਦੇ ਮਾਣ ਨਾਲ ਵੋਟਾਂ ਪਈਆਂ ਔਰ ਮੈਂ ਧਰਤੀ ਸੰਗਤ ਇਸ ਗੱਲ ਨੂੰ ਵਧਾਈ ਦਿੰਦਾ ਹਾਂ। ਮੈਂ ਆਪਾਂ ਨੂੰ ਬੁਲਾਵਾ ਕੋਈ ਕੰਮ ਨਹੀਂ, ਉਹਨਾਂ ਦਾ ਹਲਵਾ ਮਾਡਾ ਨਹੀਂ ਸੀ ਬਣਨਾ, ਉਹਨਾਂ ਦੇ ਝੁਤਰੱਬਾ ਨਹੀਂ ਸੀ ਬਣਨਾ, ਝੁਤਰੱਬਾ ਇਵੇਂ ਬਣਾਉਂਦੇ ਨੇ। ਪਰ ਸੰਗਤ ਜਿਹੜੀ ਹੈ ਇਹ ਜੇ ਬੰਦਿਆਂ ਨੂੰ ਸੁਚੇਤ ਹੋਵੇ ਅਤੇ ਪ੍ਰਬੰਧਕ ਵੀ ਸੁਚੇਤ ਲੈਣ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਧਿਆਨ ਖਾਲਸਾ ਜੀ ਬੋਲੋ ਜੀ। ਪੰਜ ਪਿਆਰੇ ਚਾਰ ਸਹਿਜਾਦੇ ਚਾਲੀ ਮੁਕਤੇ ਹੱਟੀਆਂ ਜੁੱਟੀਆਂ ਪੱਕੀਆਂ ਜਿਨ੍ਹਾਂ ਨਾਮ ਪਿਆ ਵੰਡ ਛਕਿਆ ਦੇਵ ਜਵਾਈ ਤੇਗੂਆ ਵੀ ਦੇ ਕੇ ਆਣ ਕੀਤਾ ਪਿਆਰਿਆਂ ਦੇ ਪਾਵਨ ਕੁਮਾਰੀ ਦਾ ਧਿਆਨ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਲਾਈ ਵਾਹਿਗੁਰੂ ਜੀ ਕੀ ਫਤਿਹ। ਮੈਂ ਹੁਸ਼ਨੇਕ ਸਿੰਘ ਪਿੰਕਾ ਉਦੇ ਬਿਹਾਰ ਤੋਂ, ਗੁਰਦੁਆਰਾ ਸਿੰਘ ਸਭਾ ਤੋਂ। ਅੱਜ ਚੁਣਾਵ ਦੇ ਵਿੱਚ ਹਰਦੀਪ ਜੀ ਨੇ ਆਪਣੇ ਵਿਰੋਧੀ ਨੂੰ ਕੁਛ ਹੀ ਮੱਤਾਂ ਨਾਲ ਨਹੀਂ ਕਾਫੀ ਮੱਤਾਂ ਨਾਲ ਹਰਾਇਆ ਅਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਰਦੀਪ ਜੀ, ਕਿਸੇ ਕੌਮ ਦੀ ਬੜੀ ਵੱਡੀ ਜ਼ਿੰਮੇਵਾਰੀ ਤੁਹਾਡੇ ਕੋਲ ਹੈ, ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਗੁਰਦੁਆਰਾ ਸਿੰਘ ਸਭਾ ਉਦੇ ਬਿਹਾਰ ਦੀ ਜਿੰਨੀ ਵੀ ਸੰਗਤ ਹੈ, ਸਭ ਤੋਂ ਪਹਿਲਾਂ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਮੈਂ ਸੰਗਤ ਦਾ ਰਿਣੀ ਹਾਂ, ਮੇਰਾ ਰੋਮ ਰੋਮ ਸੰਗਤ ਦਾ ਕਰਜਾਈ ਹੈ। ਸੰਗਤ ਇੰਨਾ ਪਿਆਰ, ਇੰਨਾ ਹੌਸਲਾ ਇੱਥੋਂ ਤੱਕ ਮੈਨੂੰ ਲੈ ਕੇ ਆਈ ਹੈ। ਵੈਸੇ ਮੇਰਾ ਮਨ ਨਹੀਂ ਸੀ ਇਲੈਕਸ਼ਨ ਲੜਨ ਦਾ, ਪਰ ਮਜ਼ਬੂਰ ਕਰਤਾ ਸੀ। ਪਰ ਸੰਗਤ ਨਾਲ ਜੋ ਵੀ ਅਸੀਂ ਕੰਮ ਦੇ ਵਾਅਦੇ ਕੀਤੇ ਨੇ ਅਸੀਂ ਪੂਰੇ ਕਰਕੇ ਦੇਵਾਂਗੇ। ਪਹਿਲੇ ਵੀ ਕਿਤੇ ਝੂਠਾ ਵਾਅਦਾ ਕੋਈ ਨਹੀਂ ਕਰਦੇ। ਅਸੀਂ ਇਹ ਜਾਣਨਾ ਚਾਹੁੰਦੇ ਹਾਂ ਵੀ ਤੁਹਾਡੇ ਕੋਲ ਭਾਰ ਜਿਹੜਾ ਸਿੱਖ ਕੌਮ ਨੇ ਦਿੱਤਾ ਉਹ ਸਿੱਖ ਧਰਮ ਪ੍ਰਚਾਰ ਵਾਸਤੇ ਹੈ, ਬੱਚਿਆਂ ਨੂੰ ਗੁਰਸਿੱਖੀ 'ਚ ਲਿਆਉਣ ਵਾਸਤੇ ਹੈ।
ਬੱਚਿਆਂ ਦੀ ਹਰ ਜਗ੍ਹਾ ਹਰ ਪੈਰ 'ਤੇ ਆਪਣੇ ਪੈਰ ਪਾਈ ਕਰਨੇ, ਕੀ ਕਹਿਣਾ ਚਾਹੁੰਦੇ? ਬਿਲਕੁਲ ਬਿਲਕੁਲ, ਤੁਸੀਂ ਠੀਕ ਕਿਹਾ ਹੈ। ਅਸੀਂ ਸਮੇਂ-ਸਮੇਂ ਨਾਲ ਜਿਵੇਂ ਕਿ ਕੀਰਤਨ ਦਰਬਾਰ ਆ, ਸਮਾਗਮ ਹੈ, ਬੱਚਿਆਂ ਨੂੰ ਅੰਮ੍ਰਿਤ ਪਾਨ ਸਕਤ ਜੋ ਜਿੱਤ ਹੈਗੀ ਹੈ, ਮੈਂ ਕਹਾਂਗੇ ਸਰਦਾਰ ਹਰਦੀਪ ਸਿੰਘ ਜੀ ਦੀ ਇਕੱਲੇ ਜਿੱਤ ਨਹੀਂ, ਇਹ ਜਿੰਨੇ ਵੀ ਵੋਟਰ ਨਾਲ ਲੱਗੇ ਸੀ, ਜਿੰਨੇ ਵੀ ਟੀਮ ਨਾਲ ਲੱਗੀ ਹੋਈ ਸੀ, ਜਿੰਨੀਆਂ ਸਾਡੀਆਂ ਸਰਵਿੰਗ ਦੀਆਂ ਭੈਣਾਂ ਲੱਗੀਆਂ ਹੋਈਆਂ ਸੀ, ਇਹ ਉਹਨਾਂ ਸਾਰਿਆਂ ਦੀ ਜਿੱਤ ਹੈਗੀ ਹੈ। ਔਰ ਮੈਨੂੰ ਪਤਾ, ਭਰੋਸਾ ਹੈ ਕਿ ਸਰਦਾਰ ਸਾਹਿਬ ਸਰਦਾਰ ਹਰਦੀਪ ਸਿੰਘ ਜੀ ਨਾਲ ਪਹਿਲਾਂ ਵੀ ਸੇਵਾ ਕੀਤੀ ਹੈ ਔਰ ਬਹੁਤ ਤਨਦੇਹੀ ਨਾਲ ਸੇਵਾ ਨਿਭਾਈ ਹੈ, ਔਰ ਹੁਣ ਫਿਰ ਸਰਦਾਰ ਹਰਦੀਪ ਸਿੰਘ ਜੀ ਦੇ ਨਾਲ ਦਾਸ ਵੀ ਹੈ, ਕੋਈ ਵੀ ਕਿਸੇ ਕਿਸਮ ਦੀ ਵੀ ਕਿਸੇ ਦਾ ਕੰਮ ਹੋਏਗਾ ਅਸੀਂ ਉਹ ਰੁਕਣ ਨਹੀਂ ਦੇਵਾਂਗੇ। ਜੋ ਅਸੀਂ ਵਾਅਦੇ ਕੀਤੇ ਆ ਉਹ ਅਸੀਂ ਜਲਦੀ ਤੋਂ ਜਲਦੀ ਕੋਸ਼ਿਸ਼ ਕਰਾਂਗੇ ਪੂਰੇ ਕਰਨ ਦੇ, ਔਰ ਜਲਦੀ ਅਸੀਂ ਆਪਣੀ ਕਮੇਟੀ ਬਣਾ ਕੇ ਗੁਰਦੁਆਰਾ ਸਾਹਿਬ ਦੀ ਜੋ ਸੇਵਾ ਸਾਨੂੰ ਮਿਲੀ ਹੈ ਉਹ ਸੇਵਾ ਨਿਭਾਵਾਂਗੇ। ਤੁਮਰ ਸਾਹਿਬ, ਕਈ ਵਾਰ ਲੋਕ ਜਿੱਤਣ ਤੋਂ ਬਾਅਦ ਵਾਅਦੇ ਭੁੱਲ ਜਾਂਦੇ, ਤੁਹਾਨੂੰ ਆਪਣੇ ਵਾਅਦੇ ਯਾਦ ਹੈ ਜੋ ਕੀਤੇ? ਬਿਲਕੁਲ ਯਾਦ ਹੈ ਜੀ, ਮੈਂ ਸਾਧ ਸੰਗਤ ਨੂੰ, ਅੱਜ ਦੀ ਸਾਧ ਸੰਗਤ ਨੂੰ ਵੀ ਪਤਾ ਹੈ ਕਿ ਗੁਰਦੁਆਰਾ ਗੁਰਸਿੰਘ ਸਭਾ ਰਣਜੀਤ ਵਿਹਾਰ ਜੋ ਕਿ 15 ਫੁੱਟ ਦੀ ਗਲੀ ਸੀ, ਉਹ 1000 ਫੁੱਟ ਦਾ ਜਿਹੜਾ ਸਰਕਾਰੀ ਪਲਾਟ ਹੈਗਾ ਉੱਧਰ ਨੂੰ ਪੂਰਾ ਬਿਲਡਿੰਗ ਦਾ ਨਕਸ਼ਾ ਹੀ ਚੇਂਜ ਕਰ ਦਿੱਤਾ। ਔਰ ਉਸ ਤੋਂ ਬਾਅਦ ਜੋ ਵੀ ਦਾਸ ਅਤੇ ਲੱਗ ਸੇਵਾ ਸੀ, ਜੋ ਵੀ ਕੋਈ ਆਉਂਦਾ ਅੱਧੀ ਰਾਤੀ ਵੀ ਕੋਈ ਹੁਕਮ ਕਰੇ ਉਹ ਬਿਲਕੁਲ ਅਸੀਂ ਹਾਜ਼ਰ ਹਾਂ, ਜੋ ਵੀ ਸਾਨੂੰ ਮਿਲਦਾ। ਹਾਲਾਂਕਿ ਸਾਡੀ ਕਮੇਟੀ ਨਹੀਂ ਹੈਗੀ, ਸਾਡੇ ਮਿੱਤਰੀ ਮਾਮਲਾ ਹਿਸਾਬ ਕੀਤਾ ਜਾਂਦਾ, ਅੱਜ ਦਾਸ ਦਾ ਫੰਡ ਜਿਹੜਾ ਰੁਕਿਆ ਹੋਇਆ, ਪਰ ਫਿਰ ਵੀ ਜਿੰਨਾ ਵੀ ਹੁੰਦਾ ਕੁਸ਼ਚਨ ਕਿਸੇ ਨੂੰ ਖਾਲੀ ਨਹੀਂ ਜਾਣ ਦਿੰਦੇ, ਹਰ ਤਰ੍ਹਾਂ ਦੀ ਉਹਨਾਂ ਦੀ ਅਸੀਂ ਸੇਵਾ ਕਰਦੇ ਹਾਂ। ਕਮਲ ਸਾਹਿਬ, ਬਣੇ ਰਹੀਏ, ਅਸੀਂ ਫਿਰ ਗੱਲ ਕਰਨਾ ਚਾਹੁੰਦੇ ਵੀ ਕਿਆ ਦੁਬਾਰਾ ਕੰਪਿਊਟਰ ਔਰ ਸਾਰਾ ਦੁਬਾਰਾ ਕੰਮ ਫਿਰ ਆਏਗਾ ਜੋ ਬੱਚਿਆਂ ਤੋਂ ਖੋਹ ਲਿਆ ਗਿਆ? ਬਿਲਕੁਲ ਬਿਲਕੁਲ, ਤੁਸੀਂ ਬਿਲਕੁਲ ਸਹੀ ਸਵਾਲ ਕੀਤਾ। ਜਿਵੇਂ ਕਿ ਪੰਜਾਬੀ ਅਕੈਡਮੀ ਦੀਆਂ ਕਲਾਸਾਂ ਬੰਦ ਕੀਤੀਆਂ ਗਈਆਂ ਸੀ, ਉਹ ਬਿਲਕੁਲ ਚਾਲੂ ਕਰਾਂਗੇ। ਜਿਵੇਂ ਕਿ ਇਹਨਾਂ ਨੇ ਗੁਰਮਤ ਦੀਆਂ ਕਲਾਸਾਂ ਬੰਦ ਕੀਤੀਆਂ ਸੀ, ਉਹ ਵੀ ਚਾਲੂ ਕਰਾਂਗੇ।